ਸ਼ਸ਼ੀਕਾਲ ਕਿਸਾਨ ਵੀਰੋ ਮੇਰਾ ਨਾਮ ਅਮਰਤਪਾਲ ਸਿੰਘ ਔਰ ਅੱਜ ਅਸੀਂ ਆਏ ਆ ਸਾਡੇ ਮਿੱਤਰ ਭਪਿੰਦਰ ਜੀ ਦੇ ਕੋਲ ਸਾਡੇ ਨਾਲ ਨੇ ਸੁਖਵਿੰਦਰ ਸਿੰਘ ਜੀ ਖੰਨਾ ਔਰ ਮਲੇਰਕੋਟਲੇ ਤੋਂ ਪ੍ਰਧਾਨ ਜੋਰਾ ਸਿੰਘ ਜੀ ਤੇ ਅੱਜ ਪ੍ਰਧਾਨ ਜੀ ਨੇ ਔਰ ਸੁਖਵਿੰਦਰ ਜੀ ਨੇ ਜਿਹੜੇ ਆਪਣੇ ਵੀਰ ਨੂੰ ਆਪਣੇ ਨੇ ਪ੍ਰੋਡਕਟਾਂ ਦੀ ਜਾਣਕਾਰੀ ਦਿੱਤੀ ਸੀ ਇਹਨਾਂ ਨੇ ਮੱਕੀ ਦੇ ਉੱਤੇ ਵੀ ਆਪਣੇ ਪ੍ਰੋਡਕਟਾਂ ਦੀ ਸਪਰੇ ਵਗੈਰਾ ਕੀਤੀ ਆ ਹਿਊਮਿਕ ਵਗੈਰਾ ਲਗਾਏ ਆ ਔਰ ਇਹਨਾਂ ਨਾਲ ਆਪਣਾ ਸੂਰਜਮੁਖੀ ਦੇ ਉੱਤੇ ਰਿਜ਼ਲਟ ਲਾਏ ਨੇ ਅੱਜ ਭਵਿੰਦਰਜੀ ਦੀ ਜ਼ੁਬਾਨੀ ਸੁਣਦੇ ਆ ਹਾਂਜੀ ਭਵਿੰਦਰ ਜੀ ਆਪਣੇ ਖੇਤਾਂ ਦੇ ਵੱਲ ਆਓ ਤੇ ਸਾਨੂੰ ਇਹਦੀ ਜਾਣਕਾਰੀ ਦਿਓ ਜੋ ਐਡੀ ਵਧੀਆ ਤੁਹਾਡੀ ਫਸਲ ਹੋ ਰਹੀ ਆ ਕੀ ਤੁਸੀਂ ਖੁਸ਼ ਹੋ ਹਾਂਜੀ ਫਸਲ ਤੋਂ ਬਹੁਤ ਖੁਸ਼ ਆ ਜੀ ਤੇ ਆਪਾਂ ਨੇ ਇਹਦੇ ਉੱਪਰ ਤੇ ਬੀਜ ਨੂੰ ਲਾਈ ਤੇ ਜੀ ਹਿਊਮਿਕ ਜੀ 32 ਤੇ ਹੁਮਕ ਦੀਆਂ ਦੋ ਸਪ੍ਰੈਆਂ ਕਰੀ ਜਾਣੀ ਜਿਹਦੇ ਉੱਪਰ ਜੀ ਜੀ ਤੇ ਸਪਰੇ ਨਾਲ ਜੀ ਦੇਖੋ ਵਧੀਆ ਸੈਂਗ ਆ ਰਹੀ ਆ ਜੀ ਜੀ ਤੇ ਫੁੱਲ ਆ ਜਿਹੜਾ ਵਧੀਆ ਬਣ ਰਿਹਾ ਜੀ ਗਾਹਾਂ ਵੀ 20 ਦਿਨਾਂ ਤੱਕ ਇਹਨੇ ਪੂਰਾ ਤਿਆਰ ਹੋ ਜਾਣਾ ਜੀ ਤੇ ਰਿਜ਼ਲਟ ਪੂਰਾ ਵਧੀਆ ਲੱਗ ਰਿਹਾ ਜੀ ਤੇ ਇਧਰ ਨਾਲ ਵਾਲਾ ਜੀ ਇਹ ਨਾਲ ਵਾਲਾ ਹੀ ਖੇਤ ਹੈ ਜੀ ਇਹ ਦੇਖੋ ਵੱਟ ਦੇ ਨਾਲ ਵੱਟ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਕੀ ਦੋਨਾਂ ਖੇਤਾਂ ਦੇ ਵਿੱਚ ਕੀ ਡਿਫਰੈਂਸ ਆ ਆ ਭੁਪਿੰਦਰ ਵੀਰ ਜੀ ਦਾ ਖੇਤ ਹੈ ਤੁਹਾਡੇ ਸਾਹਮਣੇ ਤੁਸੀਂ ਸਾਰਾ ਕੁਝ ਆਪ ਦੇਖ ਸਕਦੇ ਹੋ ਦੂਰ ਤੱਕਰ ਤੁਸੀਂ ਨਿਗਾਹ ਜਿੱਥੇ ਜ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਆਹਰਾ ਦੂਜਾ ਖੇਤ ਵੀ ਤੁਹਾਡੇ ਸਾਹਮਣੇ ਆ ਇੱਕੋ ਵੱਟ ਦੇ ਨਾਲ ਦੂਸਰਾ ਖੇਤ ਹੈ ਔਰ ਇਹਦੇ ਵਿੱਚ ਆਪਣਾ ਕੋਈ ਵੀ ਪ੍ਰੋਡਕਟ ਯੂਜ਼ ਨਹੀਂ ਕੀਤਾ ਗਿਆ ਇਹਦੇ ਬਾਰੇ ਤੁਸੀਂ ਦੇਖ ਸਕਦੇ ਹੋ 10 ਦਿਨ 10 ਦਿਨ ਔਰ 10 ਦਿਨ ਆਪਣੀ ਜਿਹੜੀ ਫਸਲ ਆ ਪਵਿੰਦਰ ਜੀ 10 ਦਿਨ ਬਾਅਦ ਬੀਜੀ ਸੀ ਆ ਆਪਣੀ 10 ਦਿਨ ਬਾਅਦ ਚ ਬੀਜੀ ਹੋਈ ਜੀ ਤੇ 10 ਦਿਨ ਪਹਿਲਾਂ ਬੀਜੀ ਹੋਈ ਆ ਤੇ ਜਿਹੜਾ ਇਹਦਾ ਫੁੱਲ ਦਾ ਸਾਈਜ਼ ਆ 10 ਦਿਨ ਪਹਿਲਾਂ ਦਾ ਵੀ ਦੇਖੋ ਕਿੰਨਾ ਫਰਕ ਆ ਜੀ ਤੇ ਇੱਧਰ ਵੀ ਫੁੱਲ ਦਾ ਸਾਈਜ਼ ਦੇਖ ਲਓ ਜੀ ਤਾਂ ਦੋਸਤੋ ਆਪ ਵੀਡੀਓ ਦੇ ਵਿੱਚ ਹੋਰ ਵਧੀਆ ਬਣ ਜਾਣਾ ਜੀ ਆਪਣੇ ਵਾਲਾ ਫੁੱਲ 10 ਦਿਨ ਆਪਾਂ ਬਾਅਦ ਚ ਲਾਈ ਸੀ ਔਰ ਆ ਫੁੱਲ ਹਲੇ ਵੀ ਛੋਟਾ ਹੈ ਔਰ ਇੱਧਰ ਆਪਣੇ ਵਾਲੇ ਜਿਹੜੇ ਫੁੱਲ ਲਾਏ ਸੀਗੇ ਇੱਧਰ ਦੇ ਬਸ ਤੁਸੀਂ ਦੇਖ ਸਕਦੇ ਹੋ ਔਰ ਭੁਪਿੰਦਰ ਜੀ ਕਿਸਾਨ ਵੀਰਾਂ ਨੂੰ ਇੱਕ ਸੁਨੇਹਾ ਜ਼ਰੂਰ ਦਿਓ ਕਿ ਕੀ ਉਹਨਾਂ ਨੂੰ ਚਾਹੀਦਾ ਵੀ ਇਸ ਤਰ੍ਹਾਂ ਦੇ ਗ੍ਰੋਥ ਪ੍ਰੋਮੋਟਰ ਨੂੰ ਯੂਜ਼ ਕੀਤਾ ਜਾਵੇ ਹਾਂਜੀ ਹਾਂਜੀ ਮੈਂ ਤਾਂ ਜੀ ਉਹਨੂੰ 2 ਮਹੀਨਿਆਂ ਦਾ ਜੁਆਇਨ ਕਰਿਆ ਜੀ ਤੇ ਇੱਧਰ ਮੱਕੀ ਲਾਈ ਹੋਈ ਹੈ ਜੀ ਇਹਦੀ ਵੀ ਉੱਤੇ ਵੀ ਆਪਾਂ ਨੇ ਸਾਰਾ ਜੁਆਇਨ ਕਰਿਆ ਜੀ ਜੀ ਤਾਂ ਆਪਣਾ ਖਰਚਾ ਵੀ ਘਟਾ ਰਿਹਾ ਜੀ ਔਰ ਝਾੜ ਵੀ ਵਧੀਆ ਆਉਂਦੀ ਸਾਨੂੰ ਉਮੀਦ ਹੋ ਚੁੱਕੀ ਹੈ ਉਮੀਦ ਹੋ ਚੁੱਕੀ ਹੈ ਜੀ ਕਿ ਕਿਸਾਨ ਵੀਰਾਂ ਨੂੰ ਇਹੀ ਉਮੀਦ ਹੈ ਜੀ ਧੰਨਵਾਦ ਜੀ ਜੀ ਵੱਧ ਤੋਂ ਵੱਧ ਉਮਮਕਾ ਤੇ 82 ਤੇ ਜੋ ਵੀ ਇਹਨਾਂ ਦੇ ਪ੍ਰੋਡਕਟ ਨੇ ਯੂਜ਼ ਕਰੋ ਜੀ ਥੈਂਕ ਯੂ ਜੀ ਥੈਂਕ ਯੂ ਜੀ ਤਾਂ ਦੋਸਤੋ ਜਿੱਥੇ ਵੀ ਕਿਸਾਨ ਵੀਰਾਂ ਤੱਕ ਇਹ ਵੀਡੀਓ ਪਹੁੰਚਦੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸਾਨ ਵੀਰਾਂ ਦਾ ਖਰਚਾ ਵੀ ਕਢਾਇਆ ਜਾਵੇ ਜ਼ਾਇਰਾ ਵੀ ਘਟਾਈਆਂ ਜਾਣ ਔਰ ਵੱਧ ਪੈਦਾਵਾਰ ਲਈ ਜਾਵੇ ਧੰਨਵਾਦ ਜੀ